ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ 22 ਜਨਵਰੀ ਨੂੰ ਅਟਾਰੀ ਵਾਹਗਾ ਸਰਹੱਦ ਤੇ ਬਣੇ ਇੰਟਰਨੈਸ਼ਨਲ ਚੈੱਕ ਪੋਸਟ ਤੇ ਨਵੇਂ ਪਰਿਸਰ ਅਤੇ ਵਿਜ਼ਟਰ ਗੈਲਰੀ ਦਾ ਉਦਘਾਟਨ ਕਰਨਗੇ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੰਮਾਂ ਦੇ ਬਦਲੇ ਉਨ੍ਹਾਂ ਦੀਆਂ ਤਾਰੀਫਾਂ ਦੇ ਫੁੱਲ ਵੀ ਮੰਨੇ। ਡਿਜੀਟਲ ਕੈਮਰਾਜ਼ ਦੇ ਨੇ ਡਿਊਟੀ ਦੇ ਵਿੱਚ, ਫਿਰ ਵਿਚਾਰਿਆਂ ਨੂੰ ਦੋ ਦੋ ਘੰਟੇ ਘੰਟਾ ਘੰਟਾ ਟਰੈਵਲ। ਪਰਸੋਂ 22 ਤਰੀਕ ਕੋ ਰਾਜਨਾਥ ਜੀ ਜੋ ਹਮਾਰੇ ਹੋਮ ਮਿਨਿਸਟਰ ਹੈ ਵੋ ਅੰਮ੍ਰਿਤਸਰ ਮੇਂ ਪਧਾਰ ਰਹੇ ਹੈ। ਅੰਮ੍ਰਿਤਸਰ ਮੇਂ ਇੰਟੈਗ੍ਰੇਟਿਡ ਚੈੱਕ ਪੋਸਟ ਹੈ ਜਹਾਂ ਪੰਜਾਬ ਕੇ ਮਾਧਿਅਮ ਸੇ ਉੱਤਰ ਭਾਰਤ ਕਾ ਵਪਾਰ ਹੋਤਾ ਹੈ ਸੈਂਟਰਲ ਏਸ਼ੀਅਨ ਕੰਟਰੀ ਸੇ, ਜਿਸ ਮੇਂ ਪਾਕਿਸਤਾਨ ਹੈ, ਜਿਸ ਮੇਂ ਅਫਗਾਨਿਸਤਾਨ ਹੈ, ਕਜ਼ਾਕਿਸਤਾਨ ਹੈ, ਤੁਰਕਮੇਨਿਸਤਾਨ ਹੈ, ਇਰਾਨ ਹੈ, ਇਰਾਕ ਹੈ। तो वो अमृतसर की इंटेग्रेटेड चेक पोस्ट से होता है। आज वहाँ पे जो ओपन कार्गो जिसमें के जिप्सम था, पाकिस्तानी नमक था और कई चीज़ें थी, वो जब ओपन कार्गो मीन्स छत नहीं थी तो बारिश होती थी तो मिट्टी में ख़राब हो जाती थी, आज 1.5 लाख स्क्वेयर फुट का वहाँ पे प्लेटफॉर्म बनाया गया है। और उसके बाद जो सीमेंट था, वेजिटेबल्स थी, फ्रूट्स थे, ड्राई फ्रूट थे, उनके लिए शेड्स की कमी थी, उनको खुले में रखना पड़ता था, ख़राब हो जाता था, व्यापारियों को नुकसान होता था। आज 50,000 स्क्वेयर फुट का शेड पड़ा है।